सन्मानयोग गुरु की साजी हुई गुरु प्यारी संगत जी, वाहेगुरु जी का खालसा, वाहेगुरु जी की फतेह। गुरु गरीब नवाज सच्चे पातशाह जी का इतिहास, कलगीधर जी का जो भी है, कवि राज कवि भाई संतोख सिंह जी द्वारा रचित लड़ीवार असी प्रकरण सरवण कर रहे हाँ। आप जी ने पिछे सरवण किया, गुरु महाराज जी जदों बठिंडे पहुँचे दमदमा साहिब जी की धरती ते, गुरु जी नूं इह अस्थान बहुत पसंद आया। इत्थों दे आस पास दे पिंडां दे लोग सन जिन्हां नूं ताप होना शुरू हो गया, जिन्हां नूं जदों ताप होया उन्होंने महाराज अगे बेनती की, गुरु जी साड़ी रख्या करो। गुरु जी ने आख्या तुसीं लोक झूठ बोलदे हो, केस कतल करवाने हो, धियां नूं भी कुख विच कतल करदे हो, इस करके जदों तक तुसीं इह चीज़ करोगे उदों तक इह ताप चढ़दे ही रहणगे। जे तुसीं वाहिगुरु परमेश्वर अगे वादा करो कि अज तों बाद इह सारियां चीज़ां करनियां बंद करोगे ताप भी रुक जाएगा। फिर उन्होंने वाहेगुरू अगे प्रण किया, केस रखे, बाणी पढ़नी शुरू की, धियां नूं मारना बंद कर दिता। गुरु साहिब जी ने बठिंडे ते बहुत कृपा की। फिर एक बार जदों औड़ लग गई उदों भी गुरु महाराज ने मीह नहीं सी पैंदा ते वर्खा जिहड़ी आ गुरु की कृपा दे नाल होई, किसान सारे सुखी वसे आ। तां अज असीं जिहड़ा प्रसंग सरवण करांगे ਉਹ ਇਹ ਪ੍ਰਸੰਗ ਆ ਜਦੋਂ ਮੀਂਹ ਬਹੁਤ ਪਿਆ ਸੀਗਾ। ਜਿਵੇਂ ਅੱਜ ਅਸੀਂ ਵੇਖਦੇ ਹਾਂ ਪੰਜਾਬ ਦੇ ਵਿੱਚ ਕੀ ਮਾਹੌਲ ਬਣ ਗਿਆ, ਕਈ ਜ਼ਿਲ੍ਹਿਆਂ ਦੇ ਵਿੱਚ ਇੰਨਾ ਜ਼ਿਆਦਾ ਵਰਖਾ ਹੋਈ, ਇੰਨਾ ਜ਼ਿਆਦਾ ਪਾਣੀ ਆ ਗਿਆ, ਉਹਨੂੰ ਸੰਭਾਲਣਾ ਔਖਾ ਹੋ ਗਿਆ। ਲੋਕਾਂ ਦੇ ਘਰ, ਗਰੀਬਾਂ ਦੇ ਘਰ ਜਿਹੜੇ ਆ ਟੁੱਟ ਗਏ ਨੇ, ਬਹੁਤ ਵੱਡਾ ਘਾਟਾ ਪੈ ਗਿਆ। ਪੰਜਾਬ ਸਾਰਿਆਂ ਦਾ ਸਾਥ ਦਿੰਦਾ ਜਦੋਂ ਕਿਸੇ 'ਤੇ ਵਿਪਤਾ ਪੈਂਦੀ ਆ, ਪਰ ਪੰਜਾਬ ਦਾ ਸਾਥ ਦੇਣ ਲਈ ਕੋਈ ਅੱਗੇ ਨਹੀਂ ਆਉਂਦਾ। ਰਹੋ ਵਿਚਾਰ, ਤਾਂ ਆਓ ਜੀ ਆਪਾਂ ਅਰਦਾਸ ਕਰੀਏ ਉਹਨਾਂ ਵਾਸਤੇ ਜਿਹੜੇ ਅੱਜ ਸੰਕਟ ਦੀਆਂ ਘੜੀਆਂ ਵਿੱਚ ਹਨ। ਮਹਾਰਾਜ ਜੀ ਕਿਰਪਾ ਕਰੋ, ਭਾਈ ਡੱਲਾ ਜੀ ਦਾ ਪ੍ਰਸੰਗ ਆਪ ਜੀ ਸਰਵਣ ਕਰੋ ਜੀ, ਕਿਵੇਂ ਮਹਾਰਾਜ ਜੀ ਦੇ ਅੱਗੇ ਉਹਨਾਂ ਨੇ ਬੇਨਤੀ ਕੀਤੀ ਹੈ। ਜਦੋਂ ਗੁਰੂ ਸਾਹਿਬ ਜੀ ਬਠਿੰਡੇ ਦੀ ਧਰਤੀ 'ਤੇ ਪਹੁੰਚੇ ਅਤੇ ਗੁਰੂ ਮਹਾਰਾਜ ਜੀ ਦੇ ਕੋਲ ਭਾਈ ਡੱਲਾ ਜੀ ਆਏ ਆ, ਉਹਨਾਂ ਨੇ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ। ਕਿਰਪਾਲੂ ਸਤਿਗੁਰੂ ਮਹਾਰਾਜ ਨੇ ਭਾਈ ਡੱਲਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਕਿਹਾ, ਭਏ ਪ੍ਰਸੰਨ ਕਿਰਪਾਲ ਬਖਾਨਾ, ਤੋ ਸੰਗ ਬੰਧਪ ਚਮੂ ਮਹਾਨਾ, ਅਤੇ ਤੁਹਾਡੇ ਕੋਲ ਬਹੁਤ ਵੱਡੀ ਫੌਜ ਆ ਅਤੇ ਤੁਸੀਂ ਵੀ ਆਪਣੀ ਤਨਖਾਹ ਲੈ ਸਕਦੇ ਹੋ, ਤੁਹਾਡੀ ਸੈਨਾ ਨੂੰ ਵੀ ਅਸੀਂ ਤਨਖਾਹ ਦੇਵਾਂਗੇ। ਸੁਣ ਡੱਲਾ ਬੈਰਾੜ ਉਧਾਰਾ, ਤੁਝ ਭਰੇ ਦਾ ਪ੍ਰਸੰਨ ਹਮਾਰਾ। ਜਦੋਂ ਗੁਰੂ ਸਾਹਿਬ ਜੀ ਭਾਈ ਡੱਲਾ ਜੀ ਦੇ ਉੱਪਰ ਬਹੁਤ ਪ੍ਰਸੰਨ ਹੋ ਗਏ, ਖੁਸ਼ ਹੋ ਗਏ, ਗੁਰੂ ਜੀ ਕਹਿੰਦੇ ਕਾਮਨਾ ਧਾਰਨ ਕਰੋ, ਉਹ ਕਹੋ ਅਸੀਂ ਦਈਏ, ਸਾਡੇ ਪਾਸੋਂ ਮੰਗ ਕੇ ਲੈ ਲਵੋ। ਭਾਈ ਡੱਲਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਆਪਣੇ ਨਿੱਜ ਲਈ ਨਹੀਂ ਕੁਝ ਮੰਗਾਂਗਾ, ਮਨ ਵਿੱਚ ਸੋਚਿਆ ਸੀ ਮੈਂ ਸਰਬੱਤ ਦੇ ਭਲੇ ਲਈ ਮੰਗਾਂਗਾ। ਇੱਥੇ ਬਠਿੰਡੇ ਵਿੱਚ ਬਹੁਤ ਸਮਾਂ ਹੋ ਗਿਆ, ਵਰਖਾ ਨਹੀਂ ਹੋਈ, ਅਸੀਂ ਪਾਣੀ ਚਾਹੁੰਦੇ ਹਾਂ। ਮਹਾਰਾਜ, ਪਸ਼ੂ ਪੰਛੀ ਮਨੁੱਖ ਪਾਣੀ ਤੋਂ ਬਿਨਾਂ ਸਾਰੇ ਹੀ ਦੁਖੀ ਆ, ਕਿਉਂਕਿ ਗੁਰੂ ਪਿਆਰਿਓ ਦੇਖੋ ਜਿੰਨੀ ਵੀ ਖੇਤੀ ਆ ਸਾਰੀ ਪੁਰਾਣਾ ਜ਼ਮਾਨਾ ਸੀਗਾ, ਮੀਂਹ 'ਤੇ ਹੀ ਨਿਰਭਰ ਸੀਗੀ, ਮੀਂਹ ਦੇ ਉੱਪਰ ਹੀ ਡਿਪੈਂਡ ਸੀ। ਅਤੇ ਜਿਹਦੇ ਕਰਕੇ ਭਾਈ ਡੱਲਾ ਜੀ ਨੇ ਸਰਬੱਤ ਦੇ ਭਲੇ ਵਾਸਤੇ ਕਿਹਾ, ਮਹਾਰਾਜ ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ, ਤੁਸੀਂ ਕਿਰਪਾ ਕਰਕੇ ਮੀਂਹ ਪਵਾ ਦਿਓ, ਵਰਖਾ ਹੋ ਜਾਵੇ। ਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਡੱਲਾ ਜੀ ਦੇਖੋ ਮੀਂਹ ਪਾਇਆ ਪਰਮੇਸ਼ਰ ਪਾਇਆ, ਇਹ ਤਾਂ ਜੋ ਸਾਰਾ ਕੁਝ ਆਪਾਂ ਵੇਖਦੇ ਹਾਂ ਭੈ ਵਿੱਚ ਇੰਦ ਫਿਰੈ ਸਿਰ ਭਾਰ, ਜਿਹੜਾ ਵੀ ਇਹ ਬੱਦਲ ਆ ਪਾਣੀ ਨਾਲ ਭਰੇ ਹੋਏ, ਜਿਹੜੇ ਵੀ ਇਹ ਸੂਰਜ ਚੰਦ ਤਾਰੇ ਆ, ਗ੍ਰਹਿ ਨਛੱਤਰ ਆ, ਦਰਿਆ ਵਾ, ਇਹ ਸਾਰੇ ਵਾਹਿਗੁਰੂ ਦੇ ਹੁਕਮ ਵਿੱਚ ਹੁੰਦੇ ਆ, ਅਸੀਂ ਨਹੀਂ ਇਹ ਵਰਖਾ ਪਵਾ ਸਕਦੇ, ਮੀਂਹ ਪਵਾਉਣਾ ਸਾਡੇ ਵੱਸ ਨਹੀਂ, ਤੁਸੀਂ ਕੋਈ ਹੋਰ ਚੀਜ਼ ਮੰਗ ਲਓ। ਗੁਰੂ ਜੀ ਨੇ ਇਹਨਾਂ ਦੀ ਪਰਖ ਕੀਤੀ ਇੱਥੇ ਕਿ ਆਪਣੇ ਨਿੱਜ ਲਈ ਮੰਗਦੇ ਆ ਕਿ ਸਰਬੱਤ ਲਈ ਮੰਗਦੇ ਆ। ਅਗਲਾ ਦਿਨ ਹੋਇਆ, ਗੁਰੂ ਜੀ ਨੇ ਬਰਾੜਾਂ ਨੂੰ ਤਨਖਾਹਾਂ ਵੰਡੀਆਂ,
ਤੇ ਭਾਈ ਡੱਲਾ ਜੀ ਵੀ ਉੱਥੇ ਆਏ। ਫਿਰ ਮਹਾਰਾਜ ਨੇ ਦੂਜੀ ਵਾਰੀ ਕਿਹਾ, ਭਾਈ ਡੱਲਾ ਜੀ ਆਪ ਜੀ ਆਪਣੇ ਅੰਗਾਂ ਸਾਕਾਂ ਲਈ ਮੰਗ ਲਵੋ, ਜਾਤ ਲਿਹੋ ਆਪਣੇ ਹਿਤ ਅੰਗ, ਅਪਰ ਕਾਮਨਾ ਪੀ ਲਿਹੋ ਸੰਗ, ਸੁਣ ਡੱਲੇ ਕਰ ਜੋਰ ਉਚਾਰੀ, ਪਾਤਸ਼ਾਹ ਦਿਓ ਬਰਖਾ ਬਾਰੀ। ਮਹਾਰਾਜ ਜੀ ਮੈਂ ਫਿਰ ਆਪ ਜੀ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਵਰਖਾ ਦਾ ਪਾਣੀ ਦਿਓ ਜੀ, ਜਿਹਦੇ ਨਾਲ ਸਾਰੇ ਪ੍ਰਾਣੀ ਪ੍ਰਸੰਨ ਹੋ ਜਾਣਗੇ, ਇਦੋਂ ਬਿਨਾਂ ਕੋਈ ਹੋਰ ਚਾਹਤ ਨਹੀਂ। ਆਪ ਜੀ ਦੀ ਖੁਸ਼ੀ ਸਾਰਿਆਂ ਦੇ ਉੱਪਰ ਆ, ਧਰਤੀ ਉੱਪਰ ਵਰਖਾ ਹੋਵੇ, ਕਿਰਪਾ ਕਰੋ ਮਹਾਰਾਜ। ਫਿਰ ਸਤਿਗੁਰੂ ਜੀ ਚੁੱਪ ਹੋ ਗਏ। ਸਾਰੇ ਚਾਹੁੰਦੇ ਸੀ ਅੰਦਰੋਂ ਅੰਦਰੀ, ਕਿਉਂਕਿ ਤਲਾਅ ਸੁੱਕ ਗਏ ਸੀ, ਛੱਪੜਾਂ 'ਚ ਪਾਣੀ ਨਹੀਂ ਰਿਹਾ। ਭਾਈ ਡੱਲਾ ਜੀ ਨੇ ਉੱਠ ਕੇ ਘਰ ਜਾਣਾ ਕੀਤਾ, ਫਿਰ ਗੁਰੂ ਜੀ ਦੀ ਸੇਵਾ ਕੀਤੀ ਹੈ। ਹੁਣ ਗੁਰੂ ਮਹਾਰਾਜ ਤੀਜੀ ਵਾਰ ਜਦੋਂ ਭਾਈ ਡੱਲਾ ਜੀ ਆਏ ਨਾ ਅੱਗੇ, ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਗੁਰੂ ਜੀ ਕਹਿੰਦੇ, ਭਾਈ ਡੱਲਾ ਜੀ ਅੱਜ ਫਿਰ ਅਸੀਂ ਕਹਿੰਦੇ ਹਾਂ, ਮੰਗ ਲਓ ਕੁਝ ਮੰਗਣਾ, ਮੰਗ ਲਓ ਕੁਝ ਮੰਗਣਾ, ਜੋ ਚਾਹੋਗੇ ਮਿਲ ਜੂਗਾ। ਮੁਸਕਰਾ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਤਾਂ ਆਪ ਜੀ ਦੀ ਬਹੁਤ ਆ, ਪਰ ਜੇ ਆਪ ਜੀ ਮੀਂਹ ਪਵਾ ਦਿਓ ਨਾ, ਸਾਰੇ ਸੇਵਕ ਮੰਗ ਰਹੇ ਆ। ਸ੍ਰੀ ਪ੍ਰਭ ਪਾਤਸ਼ਾਹ ਗੁਰਸਾਚੇ ਦਿਓ ਬਰਖਾ ਪ੍ਰਾਨੀ ਸਭ ਜਾਚੇ। ਇਹ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਕਵੀ ਜੀ ਕਹਿੰਦੇ, ਬਚਨ ਹੋਏ ਜੱਟ ਦਾ ਬੋਲ, ਬਾਣੀਏ ਦੀ ਚੁੱਪ, ਗੁਰੂ ਦਾ ਵਾਕ, ਬ੍ਰਾਹਮਣ ਦਾ ਸਾਕ। ਇਹ ਫਿਰ ਜਿਹੜੇ ਹੁੰਦੇ ਆ ਹੋ ਕੇ ਰਹਿੰਦੇ ਆ ਪੂਰੇ, ਅਤੇ ਇਹ ਕਦੇ ਖਾਲੀ ਨਹੀਂ ਜਾਂਦੇ। ਜੋ ਵੀ ਚਿੱਤ ਵਿੱਚ ਮਹਾਰਾਜ ਜੀ ਚਾਹੁੰਦੇ ਆ, ਸਾਧ ਬਚਨ ਟਲਾਦਾ, ਬਚਨ ਪੂਰੇ ਹੋ ਜਾਂਦੇ ਆ। ਜੇ ਜੱਟ ਮੰਗੇ ਤਾਂ ਕੰਧ ਤੋਂ ਵੀ ਲੈ ਲੈਂਦਾ, ਹੋਰ ਪਾਸੋਂ ਭਲਾ ਕਿਉਂ ਨਹੀਂ ਲੈ ਲਵੇਗਾ। ਭਾਵ ਮਹਾਰਾਜ ਜੀ ਕਹਿੰਦੇ, ਜੇ ਜੱਟ ਛੇਤੀ ਤਾਂ ਮੰਗਦੇ ਨਹੀਂ ਜ਼ਿਮੀਂਦਾਰ ਕਿਸੇ ਤੋਂ ਚੀਜ਼, ਪਰ ਜੇ ਉਹਦੇ ਦਿਮਾਗ 'ਚ ਗੱਲ ਅੜ ਜੇ ਫਿਰ ਉਹ ਕਰਕੇ ਹੀ ਰਹਿੰਦਾ ਹੁੰਦਾ, ਇੱਦਾਂ ਦੀ ਚੀਜ਼ ਹੋ ਜਾਂਦੀ ਆ। ਅਤੇ ਮਹਾਰਾਜ ਜੀ ਕਹਿੰਦੇ, ਜਾਓ ਭਾਈ ਡੱਲਾ ਜੀ ਹੁਣ ਸਾਰੇ ਟੋਭੇ ਸਰੋਵਰ ਸਾਫ਼ ਕਰਵਾ ਲਓ, ਬਹੁਤ ਵਰਖਾ ਹੋ ਜਾਵੇਗੀ, ਕਿਉਂਕਿ ਤੁਸੀਂ ਵਾਰ ਵਾਰ ਤਿੰਨ ਵਾਰੀ ਮੀਂਹ ਮੰਗਿਆ। ਭਾਈ ਡੱਲਾ ਜੀ ਬਹੁਤ ਪ੍ਰਸੰਨ ਹੋ ਗਏ। ਸੁਣ ਕੇ ਸਾਰੇ ਪਿੰਡ ਦੇ ਲੋਕਾਂ ਨੂੰ ਕਿਹਾ, ਭਾਈ ਗੁਰੂ ਮਹਾਰਾਜ ਜੀ ਨੇ ਕਿਹਾ ਬਹੁਤ ਮੀਂਹ ਪੈਣਾ, ਬਹੁਤ ਬੱਦਲ ਆਉਣਗੇ, ਪਰ ਲੋਕ ਜਿਹੜੇ ਤਰਕਵਾਦੀ ਹੁੰਦੇ ਆ, ਜਿਵੇਂ ਕਈ, ਉਹ ਕਹਿਣ ਲੱਗੇ ਆਕਾਸ਼ ਦੇ ਵਿੱਚ ਬੱਦਲ ਤਾਂ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੇ, ਬਹੁਤ ਔੜ ਲੱਗੀ ਪਈ ਆ, ਵਰਖਾ ਹੋਵੇਗੀ ਵੀ ਕਿ ਨਹੀਂ। ਢੋਲ ਬਰਿੰਦ ਇਕੱਠੇ ਕਰਵਾਏ, ਜਿਨ੍ਹਾਂ ਨੂੰ ਵਿਸ਼ਵਾਸ ਸੀਗਾ ਉਹ ਕਹਿੰਦੇ ਖੁਸ਼ੀ ਮਨਾਓ। ਢੋਲ 'ਚ ਹੀ ਸੱਦਿਆ, ਢੋਲ ਵਜਾਉਣ ਵਾਲਾ, ਢੋਲ ਵਜਾਏ ਗਏ, ਸਾਰੇ ਸਰੋਵਰ ਦੇ ਨੇੜੇ ਇਕੱਠੇ ਹੋ ਗਏ, ਸਾਰੇ ਤਾਲ ਸੁਧਾਰ ਕੇ ਗਾਉਣ ਲੱਗੇ ਆ। ਇਹਨੇ ਵਿੱਚ ਕੀ ਹੋਇਆ, ਪੁਰੇ ਦੀ ਹਵਾ ਚੱਲੀ ਆ, ਅਤੇ ਛਿੰਨ ਚੱਲੀ ਪੌਣ ਪੁਰਵਾਈ, ਨਿਕਸੇ ਘਨ ਜਿਮ ਗੱਜ ਸਮਦਾਈ। ਫਿਰ ਬੱਦਲ ਨਿਕਲੇ ਜਿਵੇਂ ਹਾਥੀਆਂ ਦਾ ਝੁੰਡ ਨਹੀਂ ਹੁੰਦਾ ਮਸਤ ਚਾਲ ਦੇ ਵਿੱਚ, ਇਵੇਂ ਬੱਦਲ ਆਏ ਆ। ਘੜੀ ਕੁ ਦੇ ਵਿੱਚ ਬਹੁਤ ਘਟਾ ਉਮੜ ਆਈਆਂ, ਘੋਰੇ ਗਾੜੇ ਬੱਦਲ ਬਿਜਲੀ ਸਹਿਤ ਚਮਕੇ ਆ, ਵੱਡੀਆਂ ਵੱਡੀਆਂ ਬੂੰਦਾਂ ਪਈਆਂ, ਵਰਖਾ ਹੋਣ ਲੱਗ ਗਈ, ਝੜੀ ਲੱਗੀ ਅਤੇ ਧਾਏ ਧਾਏ ਨਰ ਧਾਮਣ ਬਰੇ, ਭੱਜ ਭੱਜ ਕੇ ਬੰਦੇ ਆਪਦੇ ਘਰਾਂ 'ਚ ਵੜੇ ਆ। ਪਾਣੀ ਵਗਦਾ ਸੀ, ਸਾਰੇ ਕਹਿੰਦੇ ਸੀ ਧੰਨ ਗੁਰੂ, ਗੁਰ ਧੰਨ ਵਖਾਨੇ, ਗੁਰੂ ਧੰਨ ਆ ਭਾਈ। ਮਹਾਂਮੂੜ ਜੋ ਇਹਨੂੰ ਨਾ ਮੰਨੇ, ਉਹ ਤਾਂ ਮਹਾਂਮੂਰਖਾਂ ਦਾ ਸਰਦਾਰ ਹੀ ਆ ਜਿਹੜਾ ਗੁਰੂ ਨੂੰ ਨਹੀਂ ਮੰਨਦਾ। ਤਿੰਨ ਦਿਨ ਕਵੀ ਜੀ ਕਹਿੰਦੇ, ਤਿੰਨ ਰਾਤਾਂ ਮੀਂਹ ਪਿਆ, ਬਿਜਲੀ ਚਮਕੀ ਆ, ਬਹੁਤ ਵਰਖਾ ਹੋਈ। ਹੁਣ ਮੀਂਹ ਮੰਗਦੇ ਸੀ ਸਾਰੇ, ਉਹ ਬੰਦੇ ਨੂੰ ਫਿਰ ਜਦੋਂ ਜ਼ਿਆਦਾ ਵੀ ਮਾਤਰਾ 'ਚ ਪੈ ਜਾਵੇ ਮੀਂਹ, ਉਹ ਵੀ ਠੀਕ ਨਹੀਂ ਹੁੰਦਾ ਬਹੁਤਾ। ਖੇਤੀ ਭਾਵੇਂ ਪਾਣੀ 'ਤੇ ਹੀ ਆ, ਜੇ ਓਵਰਫਲੋ ਹੋ ਜੇ ਤਾਂ ਖੇਤੀ ਡੁੱਬ ਜਾਂਦੀ ਆ ਨਾ। ਜਿਵੇਂ ਅੱਜ ਅਸੀਂ ਦੇਖਦੇ ਹਾਂ ਪੰਜਾਬ ਦਾ ਬਹੁਤ ਇਲਾਕਾ, ਫਤਿਹਗੜ੍ਹ ਸਾਹਿਬ ਹੋ ਗਿਆ ਅਤੇ ਪਟਿਆਲੇ ਦੀ ਅਰਬਨ ਸਟੇਟ ਹੋ ਗਈ, ਬਹੁਤ ਪਟਿਆਲਾ ਹੋ ਗਿਆ, ਸਰਹੰਦ ਹੋ ਗਿਆ, ਇਹ ਇਲਾਕਿਆਂ ਵਿੱਚ ਕਿੰਨਾ ਪਾਣੀ ਭਰ ਗਿਆ, ਜਾਂ ਦਰਿਆਈ ਇਲਾਕੇ ਸੀ ਜਿਹੜੇ, ਕੀ ਉੱਥੇ ਅੱਜ ਹੋ ਗਿਆ। ਇਵੇਂ ਹੀ ਉਦੋਂ ਵੀ ਹੋਇਆ ਸੀਗਾ, ਤਾਂ ਉਦੋਂ ਵੀ ਘਰ ਡਿੱਗਦੇ ਜਾਂਦੇ ਆ। ਸਾਰੇ ਮਿਲ ਕੇ ਭਾਈ ਡੱਲਾ ਜੀ ਨੂੰ ਕਹਿੰਦੇ, ਹੁਣ ਗੁਰੂ ਜੀ ਅੱਗੇ ਬੇਨਤੀ ਕਰੀਏ, ਖਾਣ ਪੀਣ ਦੀ ਸਾਰਿਆਂ ਨੂੰ ਸੋਝੀ ਭੁੱਲ ਗਈ, ਪਾਣੀ ਪਾਣੀ ਹੋ ਗਿਆ। ਗੁਰੂ ਮਹਾਰਾਜ ਅੱਗੇ ਕਹਿੰਦੇ, ਜਾਓ ਜੀ ਬੇਨਤੀ ਕਰੋ। ਫਿਰ ਸੁਣ ਡੱਲਾ ਪਹੁੰਚਿਓ ਤੇ ਸਮੋਂ, ਹਾਥ ਬੰਦ ਕਰ ਕੀਨ ਸਨਮ। ਇਹ ਸੁਣ ਕੇ ਭਾਈ ਡੱਲਾ ਜੀ ਨੇ ਗੁਰੂ ਜੀ ਦੇ ਕੋਲ ਪਹੁੰਚ ਕੇ ਬੇਨਤੀ ਕੀਤੀ, ਮਹਾਰਾਜ ਬਹੁਤ ਪਾਣੀ ਆ ਚਾਰੇ ਪਾਸੇ,
सैना जिमें हुंदी आ ना चढ़ के आउंदी आ, बदल इउं चढ़ के आउंदे आ, इक वरदा इक आवत बरखत इक जावे ते चलिया जांदा है। गुरु साहब जी ये प्रसंग आप जी का सिलसिला बहुत बड़ा है। महाराज आप जी कृपा करो जी, सच्चे पातशाह मेहर करो जी साढ़े उपर, ये मीह जड़ा ना ये कृपा करके घटा दियो हटा दियो जी। सतगुरु महाराज जी कहन लगे, देखो जी ब्रह्म आदि का गया मैं सारे, ये जिन्हें भी बदल आ अंबर तारे ओए जो दिसे अंबर तारे, जो असी वेखते हाँ सारा कुछ रब की रजा विच ही हुंदा, उहदे तो कोई चीज़ भी बाहर नहीं हुंदी। किहदे विच शक्ति आ कि परमात्मा दे हुक्म नूं मोड़े, तुसी ना असमान दे वल मुख करके फिर वाहिगुरू दे अगे हाथ जोड़ के परमेश्वर दे अरदास करो, सारे बेनती करो महाराज अगे, ते बेनती ये करनी आ कृपा करो अकाल पुरख वाहिगुरू जी, जिन्नी वर्खा दी सानू लोड़ सी उन्नी वर्खा हो चुकी आ, वर्खा कृपा करके हटा दिओ, ये वर्खा तुरंत हट जाएगी। जदों भाई डल्ला जी ने यह चीज़ की आ, संगत ने बेनती की आ, आसमान दे वल कहा कि तेनू डर नहीं लगता अकाल पुरख तो, तू साढ़े नगर न उजाड़न ते तुलिया होया है बदल ये वर्खा, ता तुहानू डर नहीं लगता गुरु गोबिंद सिंह जी तो, उन्होंने सानू भेजा। गुरु दे बचना दी शक्ति वेखी श्रद्धालु संगत कट्ठे होए ते मीह पैण तो हटना शुरू हो गया, घटदा 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 घट गया। भाई डल्ला जी ते संगत बड़ी खुश हो गई, गुरु जी दी कीर्ति एवें फैल गई, गुर की कीरत घर घर भरी, राय बेल चंबेली खिड़ी, जिवें चमेली का फुल नहीं खड़दा खुशबू वंडदा, एवें महाराज जी की शोभा बहुत ज़्यादा वध गई गुरु प्यारिओ। ते गुरु साहिब जी ने जदों कृपा एवें कीती आ नगर ते बठिंडे दे इलाके ते, संगतां बहुत प्रसन्न हो गई, बहुत खुश हो गई। भाई डल्ला जी कहन लगे, देखो संगत जी गुरु जी दे बचन किन्ने कीमती आ, गुरु जी दे बचना विच किन्नी शक्ति आ, जिहड़े गुरु दे बचना विच इन्नी शक्ति आ वो गुरु दे अपने आप विच किन्नी शक्ति होगी, भाई बहुत शक्ति होगी गुरु दे विच। इस करके इन्हां अगे सदा ही झुकना करिए। नवाब ने जिहड़ी चिट्ठी भेजी सी सरहंद तो सूबे ने वजीद खां ने भाई डल्ला जी नूं कि गुरु जी नूं गिरफ्तार करन विच साडी मदद करो, ते बहुत तुहानू इनाम देवांगे, बहुत तुहानू कृपा कर दांगे, बादशाह बड़ा खुश होऊगा तुहाडे ते। भाई डल्ला जी कहन लगे, आए दूत नूं जवाब लिखिया चिट्ठी विच, कहिंदे आ लओ मैं उत्तर दिन्ना, गुरु गोबिंद सिंह जी महाराज लई मैं अपनी जान कुरबान कर देंगा, पर अपने हुंदे उन्हां नूं गिरफ्तार नहीं होण देवांगा कदे भी, ते जे तूं फौज चढ़ा के आएगा वजीद खां असीं तेरा मुकाबला करांगे। जिहड़े गुरु ने सानू इन्नियां खुशियां दित्तियां, वर्खा होई आ उहदे करके मीह पवाया, मीह पया परमेशर पाया, जी जंत सब सुखी वसाया, फिर वर्खा जदों वध हो गई फिर बेनती की गुरु अगे, फिर उन्होंने मीह हटाया भी है, मीह पवाया भी आ मीह हटाया भी है, साढ़े नगर ते कृपा हुई है, असी किवें उन्होंने धोखा दे दीए। हे वजीद खां जे तू चढ़ के आएगा फिक्र ना करी, तेनू जवाब दिता जाएगा, जिहड़ा निमर हो के आवे ते उन्हूं देग, जिहड़ा चढ़ के आवे ते उन्हूं तेग दिती जांदी है गुरु घर वल्लों, यही गुरु घर की मर्यादा है। तो ये चिट्ठी जिहड़ी आ लिखी गई भाई डल्ला जी दे वल्लों जवाब दे विच, गुरु प्यारिओ महाराज ने बठिंडे ते बहुत कृपा की, इतों के लोग पहला झूठ बोलते होंगे सीगे, महाराज ने कहा भी झूठ बोलना छड़ो, नहीं फसल उजड़दियाँ ही रहनगियाँ, बेटिया नू मारदे होंदे सी कुखां विच, कतल कर देंदे सीगे जन्म होण तो बाद, उन्हां दा भी महाराज जी ने कहा भी अपनी गलती सुधारो भाई, नहीं दुखी रहोगे, उन्होंने भी प्रण किया भी अगे तो गुरु जी अजिहा नहीं करते, ये कृपा करके आ दुख रोग संताप साढ़े दूर करो। महाराज कहिंदे दुख रोग सोग कदों लेंदे आ, दुख रोग संताप उतरे सुनी सच्ची बाणी, तां तुसीं भाई बाणी पढ़िया करो। इत्थे ही फिर दमदमा साहिब 48 सिंघां नूं
महाराज सच्चे पातशाह जी ने संथ्या देकर बाणी अर्थां दे नाल पढ़ाई आ। अगे वह ब्रह्म ग्यानी कमाई वाले साधु संत बने आ, ते जिहड़े मुखी प्रबंधक हो के अगे अगे कथा करके जिन्हां ने बहुत जिंदगियां बदलियां। तां गुरु साहिब जी दे हत्थ हुंदी आ ये बरकतां। इवें ना कहना जदों मीह पैंदा, गुरु अमरदास जी भी कहिंदे ये ना कहो बदलां ने मीह पाया, ये कहो मीह पाया परमेशर पाया, परमेशर ने, वाहिगुरू परमेशर ने पाया। जो असीं अज पंजाब दे विच वेखदे आ सारा कुछ होया भाई, है तां करमां दे सौदे हुंदे आ ये चीज़ां। जे कई इलाके बच गए पानी तो, दरियाई नहीं सीगे, पर जिहड़े सीगे भाई उन्हां लई अरदास करो, रोज़ गुरु घरे जाके जां जिथे भी तुसीं हैगे हो उत्थे हाथ जोड़ के सच्चे दिल तो अरदास करो, पंजाब दे उपर गुरु गोबिंद सिंह जी महाराज कृपा करो, पंजाब नूं खुशियां बख्शो। सदाई जिहड़ा पंजाब गुरु की कृपा नाल ही वसदा। असीं किसे नदी दे अगे नत्थ नहीं चढ़ाउणी, असीं किसे नदी नूं कपड़े नहीं भेट करने, असी पंजाब की सुख शांति वास्ते सतगुरे आगे अरदास कर। जिवें भाई डल्ला जी ने बेनती की आ, उवें ही असी बेनतियां करनी आपके गुरु अगे। असी इन्हां वहमां भरमां दे विच नहीं पैना, तो सदा ही सरबत दे भले की अरदास गुरु घरे हुंदी आ। सारियां संगतां भाई वह इलाकियां लई अरदास करो, इत्थे बहुत ज़्यादा पानी आया होया। महाराज सच्चे पातशाह जी मैं दिलों अरदास करदा हाँ, ये कहो पंजाब के जिन्हें भी जिले हैं जिन्हां विच बहुत सारा पानी आ गया है, बहुत पशु डंगर भी मर रहे हैं, महाराज आप जी दे सारे जी आ, आप जी ही सारियां नूं मारन वाले हो, जीवालन वाले भी आप जी हो, महाराज इन्हां दे उपर कृपा करो। पंजाब गुरु की कृपा ना वसदा सी, वसदा है ते वसदा रहेगा। उम्मीद करते हाँ महाराज सच्चे पातशाह जी का यह प्रसंग संगत जी आप जी दियां दिल दियां गहराइयां विच गया होवेगा। उम्मीद करते हैं असी यही कि आप जी जरूर महाराज अगे बेनतियां करोंगे। ऐसा काम मूले ना कीचै जित अंत पछोताई, तो वह काम भुल के कदे भी ना करो कि बाद विच सानू कदे पछताउणा पै जे। ए महाराज जी आप जी अगे मैं बेनती करदा हाँ सच्चे पातशाह कलगीधर जी, कृपा करो पंजाब दे उपर, ते पंजाब नू जदों दुख आउंदे आ विपता पैंदी आ, कोई स्टेट संगत जी अपना साथ नहीं दिंदी, कोई भी स्टेट साढ़े नाल नहीं खड़ती, जदों किसी नूं होर विपता आउंदी आ उदों साढ़े सिंह खालसा एड वाले वीर जी जिहड़े हन भाई रवि सिंह जी दे चरणा ते करोड़ां वार मैं सजदा करदा, बहुत ही प्यार वाले, ते उन्हां दे जिहड़े वलंटीयर हन बहुत प्यार वाले गुरसिख, घरां चों जा जा के बच्चियां नूं बचा के लिआउंदे आ, बजुर्गां नूं, ते बाकी ये चीज़ आपां कह सकदे आ रब दे प्यारे हन इह, जिन जिहड़े फरिश्ते बन के जान बचाउंदे आ, जिहड़े भोजन पहुँचाउंदे आ। भाई गल्लां करनियां बहुत सौखियां, सेवा करनी बहुत औखी आ, तां इह इहनां दे हिस्से आई आ, इहनां दी वी चढ़दी कला लई अरदास करदे आ। तां इह भाई डल्ला जी ने उदों वी बेनती कीती सीगी, तां मौके नूं वेखदे होए प्रसंग आप जी नाल सांझा कीता है जी। महाराज जी किरपा करके बख्श लै हो, हों पापी वड़ गुण हैगार। असी तां महाराज जेता समुंद सागर नीर भरिया, तेते औगण हमारे, दया करो हो किश मेहर उपावो, डुबदे पत्थर तारे। गुरु साहिब जी साढ़े विच बहुत कमियां हन, पर आप जी तां परम पिता हो ना, जिवें एक पिता पुत्तर नूं बहुत झिड़क के ते लाड़ भी करदा, झिड़कदा भी जिथे झिड़कना पवे, इवें महाराज जे गुर झिड़के तां मीठा लागे, जे बख्शे तां गुर वडियाई। सानू अपना प्रेम बख्शो महाराज, साढ़े ते भी रहमतां करो, असी भी गुरु वाले बनीए। तां इह भाई सारियां चीज़ां छड्डो, फिर जो झूठ बोलना छड्डो, निंदिया करनी छड्डो, चुगलियां करनियां छड्डो, धीआं नूं कुखां विच कतल करना छड्डो, ते जानवरां नाल प्यार करो। इह सिख्या मिली आ, पल्ले बन्न के लै जाइए, आओ रल मिल के गाइए जी। खंडा जा कै हाथ में कलगी सोहे सीस, सो हमरी रखिया करे कलगी तर जगदीश। नानक गुरु गोविंद सिंह पूरन गुर अवतार, नानक गुरु गोविंद सिंह पूरन गुर अवतार,
जगमग जोत बिराज रही, श्री अब चल नगर मजार। भोल चुक दी खिमा संगत जी बख्श लेना जी। वाहिगुरु जी का खालसा, वाहिगुरु जी की फतेह।